ਗਾਲ ਦੋਸਤੋ ਪੰਜਾਬ ਨਿਊਜ਼ ਟੀਵੀ ਦੇਖ ਰਹੇ ਸਾਰੇ ਸਰੋਤਿਆਂ ਦਾ ਜੀ ਆਇਆਂ ਨੂੰ ਜੀ ਪੰਜਾਬ ਵਾਲਿਆਂ ਲਈ ਆਈ ਵੱਡੀ ਖੁਸ਼ਖਬਰੀ ਹੋ ਗਿਆ ਇਹ ਵੱਡਾ ਐਲਾਨ ਆਈ ਤਾਂ ਆਦਾ ਵੱਡੀ ਖਬਰ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਕਰ ਦਿਓ ਪੜਾਈਲ ਖਾਏ ਪੂਰੀ ਕਰਨ ਤੋਂ ਬਾਅਦ ਹਰ ਵਿਦਿਆਰਥੀ ਦਾ ਸੁਪਨਾ ਹੁੰਦਾ ਹੈ ਉਹ ਆਪਣੇ ਸੁਨਾਰੇ ਭੂਿਕ ਨੂੰ ਮੰਜ਼ਿਲ ਵਿਖੇ ਵੱਲ ਇੱਕ ਕਦਮ ਨੂੰ ਹੋਰ ਅੱਗੇ ਕਰੇ ਜਿਸ ਵਾਸਤੇ ਉਹ ਇੱਕ ਵਧੀਆ ਕਰੀਅਰ ਨੂੰ ਅਪਣਾਉਣ ਦੀ ਤਿਆਰੀ ਕਰਦਾ ਹੈ ਮੌਜੂਦਾ ਸਮੇਂ ਵਿੱਚ ਦੇਖੀਏ ਤਾਂ ਬਹੁਤ ਸਾਰੇ ਕਰੀਅਰ ਆਪਸ਼ਨਸ ਜੋ ਇਹ ਵੰਣਾ ਵਾਸਤੇ ਮੌਜੂਦ ਹਨ ਜਿਨ੍ਹਾਂ ਜਰੀਏ ਉਹ ਆਪਣੇ ਕੱਲ ਨੂੰ ਬਿਹਤਰ ਬਣਾ ਸਕਦੇ ਹਨ ਪਰ ਕੁਝ ਨੌਜਵਾਨ ਅਜਿਹੇ ਹੁੰਦੇ ਹਨ ਜੋ ਆਪਣੀ ਨੌਕਰੀ ਦੇ ਨਾਲ ਦੇਸ਼ ਦੀ ਸੇਵਾ ਕਰਨਾ ਚਾਹੁੰਦੇ ਹਨ ਤਾਂ ਉਹਨਾਂ ਵਾਸਤੇ ਇੱਕ ਮੌਕਾ ਪੰਜਾਬ ਦੇ ਮੁੱਖ ਮੰਤਰੀ ਵੱਲੋਂ 2 ਮਾਰਚ 2021 ਨੂੰ ਅਲਾਨ ਕਰ ਦਿੱਤਾ ਗਿਆ ਹੈ ਜਿਸ ਤਹਿਤ ਮੁੱਖ ਮੰਤਰੀ ਨੇ ਆਖਿਆ ਕਿ ਸੂਬੇ ਅੰਦਰ 10000 ਪੁਲਿਸ ਮਲਾਜ਼ਮਾਂ ਦੀ ਪੜਤੀ ਸਬ ਇੰਸਪੈਕਟਰ ਹੈਡ ਕਨਸਟੇਬਲ ਅਤੇ ਕਨਸਟੇਬਲ ਪੱਧਰ ਤੇ ਵੱਖ-ਵੱਖ ਡਾਂਟਾ ਵੱਲੋਂ ਕੀਤੀ ਜਾਵੇਗੀ ਜਿਸ ਵਿੱਚ 33% ਔਰਤਾਵਾਂ ਵਾਸਤੇ ਰਾਖਵਾਰ ਕਰਨ ਹੋਵੇਗਾ ਜਿਸ ਵਾਸਤੇ ਪੰਜਾਬ ਦੇ ਡਾਇਰੈਕਟਰ ਜਰਨਲ ਆਫ ਪੁਲਿਸ ਦੀਨਕਰ ਗੁਪਤਾ ਵੱਲੋਂ ਸੂਬੇ ਦੇ ਨੌਜਵਾਨਾਂ ਨੂੰ ਲਿਖਤੀ ਪ੍ਰਕਿਰਿਆ ਅਤੇ ਸਰੀਰਕ ਤੌਰ ਤੇ ਤਿਆਰੀ ਸ਼ੁਰੂ ਕਰਨ ਦੇ ਲਈ ਪ੍ਰੇਰਿਤ ਕੀਤਾ ਗਿਆ ਹੈ ਉਨ੍ਹਾਂ ਆਖਿਆ ਕਿ ਪੁਲਿਸ ਭਰਤੀ ਦੀ ਕਾਰਵਾਈ ਨਿਰਪੱਖ ਖਾਤੇ ਪਾਰਦਰਸ਼ੀ ਢੰਗ ਨਾਲ ਸੰਪੂਰਨ ਕੀਤੀ ਜਾਵੇਗੀ ਪੁਲਿਸ ਨੇ ਵਾਖਵਾ ਕੀਤਾ ਡਰਾਵੀਨ ਜ਼ਿਲ੍ਹਾ ਅਦਮੜ ਇਨਵੈਸਟੀਗੇਸ਼ਨ ਇੰਟੈਲੀਜੈਂਸ ਅਤੇ ਤਕਨੀਕੀ ਸਹਾਇਤਾ ਸੇਵਾਵਾਂ ਸ਼ਾਮਿਲ ਕੀਤੀਆਂ ਹਨ ਜਿਸ ਵਾਸਤੇ ਤਿਆਰੀ ਕਰਨ ਲਈ ਯੋਗ ਉਮੀਦਵਾਰ ਨੂੰ ਜਨਤਕ ठाਵਾ 파ਰਕਾ ਸਟੇਡੀਅਮ ਅਤੇ ਪੁਲਿਸ ਲਾਈਨ ਮੈਦਾਨਾ ਆਦਿ ਵਰਤੋਂ ਕਰਨ ਦੀ ਆਗਿਆ ਦੇ ਦਿੱਤੀ ਗਈ ਹੈ ਇਸ ਪ੍ਰਤੀ ਸਬੰਧੀ ਪ੍ਰਕਿਰਿਆ ਉਹਦੇ 2-3 ਮਹੀਨੇ ਦੌਰਾਨ ਸ਼ੁਰੂ ਕੀਤੀ ਜਾਵੇਗੀ ਜਿਸ ਵਾਸਤੇ ਉਮੀਦਵਾਰਾਂ ਕੋਲ ਜ਼ਰੂਰੀ ਯੋਗਤਾ ਹੋਣੀ ਹੈ ਜ਼ਰੂਰੀ ਨੇ ਜਿੰਨਾਂ ਲਈ ਉਮੀਦਵਾਰ ਮਾਇਲਾ ਤੇ ਪੁਰਸ਼ ਦੀ ਇੱਕ ਉਮਰ 1 ਜਨਵਰੀ 2021 ਤੱਕ 28 ਸਾਲ ਦੀ ਹੋਣੀ ਚਾਹੀਦੀ ਹੈ ਤੇ ਕੁਝ ਨਿਯਮਾਂ ਅਨਸਾਰ ਛੋਟਾ ਵੀ ਦਿੱਤਿਆ ਜਾਣ ਗਿਆ ਵੱਖ-ਵੱਖ ਪੋਸਟਾਂ ਵਾਸਤੇ ਉਮੀਦਵਾਰਾਂ ਕੋਲ ਬੈਚਲਰ ਡਿਗਰੀ 12ਵੀਂ ਤੱਕ ਹੋਣੀ ਚਾਹੀਦੀ ਹੈ ਪੁਰਸ਼ ਪੁਲਿਸ ਉਮੀਦਵਾਰ ਦੀ ਦਾ ਕੱਦ ਘੱਟੋ-ਘੱਟ 5 ਤੋਂ 7 ਫੁੱਟ ਮਹਿਲਾਵਾਂ ਦਾ 5 ਫਟ ਫੁੱਟ 2 ਇੰਚ ਹੋਣਾ ਚਾਹੀਦਾ ਹੈ ਪੁਰਸ਼ਾਂ ਵਾਸਤੇ 1600 ਮੀਟਰ ਅਤੇ ਮਹਿਲਾਵਾਂ ਵਾਸਤੇ 800 ਮੀਟਰ ਦੀ ਦੌੜ ਤੋਂ ਇਲਾਵਾ ਉੱਚੀ ਲੰਮੀ ਛਾਲ ਸ਼ਾਮਲ ਹੋਵੇਗੀ ਲਿਖਤੀ ਪ੍ਰੀਖਿਆ ਬਹੁ ਵਿਕਲਪੀ ਰੂਪ ਵਿੱਚ ਹੋਵੇਗੀ ਜਿਸ ਵਿੱਚ ਪਾਰਟਿਸਵਧਾਨ ਇਤਿਹਾਸ ਵਿਗਿਆਨ ਤੇ ਟੈਕਨੋਲੋਜੀ ਸਮੇਤ ਸ਼ਾਮਿਲ ਤੇ ਬਹੁਤ ਸਾਰੇ ਪ੍ਰਸ਼ਨ ਪੁੱਛੇ ਜਾਣਗੇ ਖਬਰ ਨੂੰ